ਜਿਹੜਾ ਫਾਰਮ ਦਾ ਇਹਦਾ ਸਾਈਜ਼ ਹੈਗਾ, ਇਹਦਾ ਹੈਗਾ 15x45 ਫੁੱਟ ਦਾ, ਲੰਬਾਈ ਹੈਗੀ ਇਹਦੀ 45 ਫੁੱਟ। ਬਾਕੀ ਆਪਾਂ ਨੇ ਇੱਧਰ ਆਹ ਪੈਪ ਐਵੇਂ ਕੱਟ ਕੇ ਦਾਣੇ ਵਾਸਤੇ ਸਿਰੇ ਤੱਕ, ਅਤੇ ਮੁਰਗੀਆਂ ਆਰਾਮ ਨਾਲ ਬਾਈ ਦਾਣਾ ਖਾ ਲੈਂਦੀਆਂ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਆ, ਠੀਕ ਠਾਕ ਹੋ ਜੀ? ਅਤੇ ਦੋਸਤੋ ਅੱਜ ਆਪਾਂ ਤੁਹਾਨੂੰ ਫਿਰ ਦੋ ਚੀਜ਼ਾਂ ਦਿਖਾਉਂਦੇ ਹਾਂ। ਇੱਕ ਤਾਂ ਬਾਈ ਆਪਾਂ ਨੇ ਲਿਆਂਦਾ ਇਨਵੇਟਰ ਜਿਹੜਾ ਆਪਣਾ ਖਰਾਬ ਹੋ ਗਿਆ ਸੀਗਾ ਬਿਜਲੀ ਪੈਣ ਕਰਕੇ, ਅਸਮਾਨੀ ਬਿਜਲੀ ਪੈਣ ਕਰਕੇ, ਉਹ ਆ ਗਿਆ ਆਪਣੇ ਫਾਰਮ 'ਚ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਹਾਂ, ਅਤੇ ਬੱਤਗਾਂ ਬਾਈ ਆਪਣੀਆਂ ਆਂਡੇ ਦੇਣ ਲੱਗ ਗਈਆਂ, ਅਤੇ ਕੱਲ੍ਹ ਵੀ ਕਾਂਡਾ ਦਿੱਤਾ ਸੀਗਾ ਅਤੇ ਅੱਜ ਵੀ ਕਾਂਡਾ ਦੇ ਦਿੱਤਾ। ਮੈਂ ਤੁਹਾਨੂੰ ਚੱਕ ਕੇ ਦਿਖਾਉਂਦਾ, ਆਹ ਦੇਖ ਲਓ ਬਾਈ, ਆਪਾਂ ਉਹ ਖੂੰਜੇ ਵਿੱਚ ਕ੍ਰੇਟ ਲਾ ਦਾਂਗੇ, ਫਿਰ ਨਾ ਬੱਤਗਾਂ ਉੱਥੇ ਆਂਡੇ ਦੇ ਦੇ ਕਰਨਗੀਆਂ। ਅਤੇ ਹੁਣ ਆਪਾਂ ਨੂੰ ਬਾਈ ਮਸ਼ੀਨ ਵੀ ਠੀਕ ਕਰਨੀ ਪੈਣੀ ਆ ਆਪਣੀ, ਜਿਸ ਦਿਨ ਬਿਜਲੀ ਪਈ ਸੀਗੀ ਮਸ਼ੀਨ ਵੀ ਖਰਾਬ ਹੋ ਗਈ ਸੀਗੀ। ਅਤੇ ਮਸ਼ੀਨ ਦਾ ਵੀ ਬਾਈ ਕੱਲ੍ਹ ਪਰਸੋਂ ਨੂੰ ਕਰਦੇ ਹਾਂ ਕੰਮ ਆਪਾਂ, ਕਿਉਂਕਿ ਆਂਡੇ ਬਾਈ ਆਪਣੇ ਫਿਰ ਆਪਾਂ ਤਾਂ ਖਾਣੇ ਤਾਂ ਹੈ ਨਹੀਂ, ਅਤੇ ਨਾ ਹੀ ਆਪਾਂ ਨੇ ਸੇਲ ਕਰਨੇ, ਤਾਂ ਆਪਾਂ ਤਾਂ ਸਿਰਫ ਬੱਚੇ ਕਢਵਾਉਣੇ ਇਹਨਾਂ ਦੇ। ਕੱਲ੍ਹ ਬਾਈ ਆਪਾਂ ਨੇ ਉੱਧਰ ਫਾਰਮ ਦੀ ਸਫਾਈ ਕਰਤੀ, 70 ਕੁਛ ਇੰਨੀਆਂ ਕੁ ਆਪਾਂ ਮੁਰਗੀਆਂ ਉੱਥੇ ਛੱਡ ਦਾਂਗੇ, ਅਤੇ ਇੱਥੇ ਵੀ ਕੰਮ ਥੋੜ੍ਹਾ ਜਿਹਾ ਹਲਕਾ ਹੋ ਜੂਗਾ ਫਿਰ, ਕਿਉਂਕਿ ਇੱਥੇ ਬਾਈ ਆਪਣੇ ਕੋਲ ਭਾਂਡੇ ਘੱਟ ਲੱਗੇ ਹੋਏ ਆ ਦਾਣੇ ਵਾਲੇ, ਫਿਰ ਕਈਆਂ ਨੂੰ ਤਾਂ ਦਾਣਾ ਮਿਲ ਜਾਂਦਾ, ਜਿਹੜੇ ਛੋਟੇ ਆ ਉਹਨਾਂ ਨੂੰ ਦਾਣਾ ਨਹੀਂ ਘੱਟ ਮਿਲਦਾ, ਭੁੱਖੇ ਰਹਿ ਜਾਂਦੇ ਆ। ਅਤੇ ਇੱਥੇ ਆਪਣਾ ਹੁਣ ਕੰਮ ਇੱਥੇ ਵੀ ਸੈਟਿੰਗ ਆ ਜੂਗੀ, ਅਤੇ ਹੁਣ ਜੇ ਆਪਾਂ ਦੇਖ ਕੇ ਨਾ ਛਾਂਟੀ ਕਰਕੇ ਅੱਜ ਜਿਹੜੀਆਂ ਵੀ ਸਹੀ ਲੱਗਦੀਆਂ ਆਪਾਂ ਨੂੰ ਤਿਆਰ ਹੋਈਆਂ ਮੀਆਂ ਮੁਰਗੀਆਂ, ਉਹ ਆਪਾਂ ਅੱਜ ਛੱਡ ਦਾਂਗੇ। ਅਤੇ ਇੱਧਰ ਬਾਈ ਡਬਲ ਐੱਫ ਜੀ ਕਿੰਨੀ ਨਾ ਬੱਲੀਆਂ ਲੱਗੀਆਂ ਹੋਈਆਂ ਸੀਗੀਆਂ ਰਾਤ ਨੂੰ ਉੱਪਰ ਬੈਠਣ ਵਾਸਤੇ, ਡਬਲ ਐੱਫ ਜੀ ਦੇ ਹੁਣ ਆਪਣੇ ਸੇਲ ਹੋ ਗਏ, ਅਤੇ ਬੱਲੀਆਂ ਆਪਾਂ ਨੇ ਖੋਲਤੀਆਂ ਉਹਦੇ 'ਤੇ, ਆਹ 3 ਬੱਲੀਆਂ, ਬਾਕੀ ਉਹ ਡੰਡੇ ਜਿਹੇ ਆ। ਇਹ ਹੁਣ ਆਪਾਂ ਨੇ ਦੂਏ ਸ਼ੈੱਡ 'ਚ ਲੈ ਕੇ ਜਾਣੇ ਆ ਜਿੱਥੇ ਆਪਾਂ ਨੇ ਆਰ ਈ ਆਰ ਛੱਡਣੇ ਆ, ਅਤੇ ਉੱਥੇ ਲਾ ਦੇਣੇ ਆ ਇਹ। ਬਾਕੀ ਤੁਹਾਨੂੰ ਅੱਜ ਸ਼ੈੱਡ ਦਿਖਾਉਂਦੇ ਆਪਾਂ ਉੱਧਰ ਵੀ, ਅਤੇ ਹੁਣ ਇਹ ਮੈਂ ਖੋਲ ਲਈਆਂ ਅਤੇ ਹੁਣ ਮੈਂ ਲੈ ਕੇ ਜਾਂਦਾ ਇਹਨਾਂ ਨੂੰ। ਅਤੇ ਬੱਲੀਆਂ ਮੈਂ ਉੱਧਰ ਲਾ ਜਾਂਦੀਆਂ, ਅਤੇ ਬਾਕੀ ਆਪਾਂ ਉੱਧਰ ਤੁਹਾਨੂੰ ਦਿਖਾਵਾਂਗੇ ਸਾਰਾ ਫਾਰਮ ਅੱਜ ਜੋ ਵੀ ਹੈ ਨਾ। ਅਤੇ ਹੁਣ ਮੈਂ ਇੱਥੇ ਦਾਣੇ ਦਾ ਨਿਬੇੜ ਦੇਵਾਂ ਕੰਮ, ਦਾਣੇ ਦਾ ਨਿਬੇੜ ਕੇ ਫਿਰ ਆਪਾਂ ਉੱਧਰ ਹੀ ਚੱਲਦੇ, ਉੱਧਰ ਤੁਹਾਨੂੰ ਦਿਖਾਉਂਦੇ ਅੱਜ ਆਪਾਂ ਸਾਰਾ। ਲਓ ਵੀ ਦੋਸਤੋ, ਅੱਜ ਆਪਣਾ ਹੈਗਾ ਜੀ ਦੂਜਾ ਦਿਨ, ਅਤੇ ਕੱਲ੍ਹ ਆਪਾਂ ਨੇ ਬਾਈ ਮੁਰਗੀਆਂ 70 ਮੁਰਗੀਆਂ ਪੂਰੀਆਂ ਇੱਧਰ ਛੱਡਤੀਆਂ ਸੀਗੀਆਂ, ਅਤੇ 23 ਮੁਰਗੀਆਂ ਪਹਿਲਾਂ ਸੀਗੀਆਂ ਇੱਥੇ, ਅਤੇ ਹੁਣ ਆਪਣੇ ਕੋਲ ਇੱਥੇ ਤਕਰੀਬਨ 100 ਮੁਰਗੀ ਹੋ ਗਈ, ਅਤੇ 3 ਮੁਰਗੇ ਹੋ ਗਏ। ਮੈਂ ਤੁਹਾਨੂੰ ਦਿਖਾਉਂਦਾ, ਇਹ ਆਪਣਾ ਮੁਰਗਾ ਬਾਈ ਬਰੀਡਰ ਆਪਣਾ ਬਲੈਕ ਐਸਟਲ ਆਫ ਦਾ, ਅਤੇ ਇਹ ਵੀ ਬਲੈਕ ਐਸਟਲ ਆਫ ਦਾ, ਅਤੇ ਇੱਕ ਮੁਰਗਾ ਆਪਣਾ ਹੋਰ ਆ ਇੱਥੇ ਦੇਖ ਆ ਖੜਾ, ਇਹ ਡਬਲ ਐੱਫ ਜੀ। 3 ਮੁਰਗੇ ਬਾਈ ਆਪਣੇ ਪਹਿਲੇ ਆ, ਅਤੇ ਮੁਰਗੀਆਂ ਤੁਹਾਨੂੰ ਦਿਖਾਉਣਾ ਜਿਹੜੀ ਆਪਣੇ ਕੋਲ BB380 ਬਰੀਡ ਦੀ ਸੀਗੀ, ਜਿਹਦੀ ਆਪਾਂ ਨੇ ਗਾਹਾਂ ਨੂੰ ਜਿਹੜੀ ਬਰੀਡ ਤਿਆਰ ਕਰਵਾਈ ਹੈ। ਆਹ ਮੁਰਗੀ ਆ ਬਾਈ, ਉਹ ਘੁੰਮਦੀ ਆ, ਅਤੇ ਆਹ ਖੜੀ ਆ, ਇਹ 4 ਮੁਰਗੀਆਂ ਉਹ ਖੜੀਆਂ, ਟੋਟਲ 23 ਮੁਰਗੀਆਂ ਇੱਥੇ। ਅਤੇ ਬਾਈ ਆਪਣੇ ਜਿਹੜਾ ਫਾਰਮ ਦਾ ਇਹਦਾ ਸਾਈਜ਼ ਹੈਗਾ, ਇਹਦਾ ਹੈਗਾ 15x45 ਫੁੱਟ ਦਾ, ਲੰਬਾਈ ਹੈਗੀ ਇਹਦੀ 45 ਫੁੱਟ, ਅਤੇ ਆਪਾਂ ਨੇ 34 ਫੁੱਟ ਤੱਕ ਟੀਨਾਂ ਪਾਈਆਂ ਹੋਈਆਂ ਉੱਪਰ, ਅਤੇ ਬਾਕੀ ਇੱਧਰ ਖਾਲੀ ਪਿਆ, ਇੱਧਰ ਵੀ ਘੁੰਮੀ ਜਾਂਦੀ, ਅਤੇ ਉੱਪਰ ਵੀ ਆਪਾਂ ਨੇ ਸਿਰੇ ਤੱਕ ਜਾਲੀ ਲਾਈ ਹੋਈ ਵੀ ਆ ਬਿੱਲੀ ਬੁੱਲੀ ਆਉਣ 'ਤੇ, ਅਤੇ ਇੱਧਰ ਵੀ ਘੁੰਮੀ ਜਾਂਦੀ। ਅਤੇ ਹੁਣ ਟੋਟਲ 100 ਮੁਰਗੀਆਂ ਹੋ ਗਈਆਂ, ਅਤੇ ਬਾਕੀ ਹਾਲੇ ਬਾਅਦ 'ਚ ਆਪਾਂ ਛੱਡਾਂਗੇ, ਹਾਲੇ ਇੱਥੇ ਇੰਨੀ ਕੁ ਛੱਡ ਦਿੰਦੇ ਹਾਂ, ਇਹਨਾਂ ਲਈ ਸੈਟਿੰਗ ਆ ਜੂਗੀ।
ਥੱਲੇ ਆਪਾਂ ਨੇ ਜਿੱਥੇ ਡਰਿੰਕਰ ਫੀਡਰ ਲਾਏ ਹੋਏ ਆ ਉੱਥੇ ਆਪਾਂ ਨੇ ਬਾਈ ਥੱਲੇ ਮੈਟ ਵਿਛਾਏ ਹੋਏ ਆ, ਨਹੀਂ ਤਾਂ ਟੋਏ ਜੇ ਪੱਟ ਦਿੰਦੀ ਆ। ਬਾਕੀ ਆਪਾਂ ਨੇ ਇੱਧਰ ਆਹ ਪੈਪ ਲਾਏ ਕੱਟ ਕੇ ਦਾਣੇ ਵਾਸਤੇ ਸਿਰੇ ਤੱਕ, ਅਤੇ ਮੁਰਗੀਆਂ ਫਿਰ ਆਰਾਮ ਨਾਲ ਬਾਈ ਦਾਣਾ ਖਾ ਲੈਣੀ ਆ, ਅਤੇ ਇੱਧਰਲੀ ਸਾਈਡ ਵੀ ਆਪਾਂ ਨੇ ਇੱਦਾਂ ਐਵੇਂ ਲਾ ਦੇਣੇ ਆ, ਇਹ ਪੁਰਾਣੇ ਲੱਗੇ ਹੋਏ ਆ। ਹੁਣ ਆਪਾਂ ਨੇ ਇਹਨਾਂ ਨੂੰ ਬਾਈ ਲੇਅਰੇ ਸ਼ੁਰੂ ਕਰਤੀ ਫੀਡ, ਆਪਾਂ ਲੇਅਰ ਫੀਡ ਪਾਉਂਦੇ ਹਾਂ ਭਾਂਡਿਆਂ 'ਚ ਪਾਈ ਹੋਈ ਆ, ਅਤੇ ਬਾਕੀ ਆਹ ਆਂਡਿਆਂ ਵਾਸਤੇ ਬਣਾਇਆ ਹੋਇਆ ਆਪਾਂ ਨੇ ਮੁਰਗੀਆਂ ਦੇ ਰਹੀਆਂ ਆਂਡੇ, ਅਤੇ ਇੱਧਰ ਵੀ ਖਾਂਦੇ ਸਾਰੇ ਇਹ ਆਂਡਿਆਂ ਵਾਸਤੇ ਪੱਕੇ ਹੀ ਬਣਾਏ ਹੋਏ ਆਪਾਂ ਨੇ, ਅਤੇ ਆਹ ਰਾਤ ਨੂੰ ਬਾਈ ਬੈਠਣੇ ਵਾਸਤੇ ਮੁਰਗੀਆਂ ਨੂੰ, ਉਹ ਵੀ ਡੰਡੇ ਕੱਲ੍ਹ ਆਪਾਂ ਨੇ ਲਾਤ ਦੇ, ਕੱਲ੍ਹ ਆਪਾਂ ਇਹ ਲੈ ਕੇ ਆਏ ਸੀਗੇ, ਇਹ ਆਪਣੇ ਪਹਿਲੇ ਹੀ ਲੱਗੇ ਹੋਏ ਆ, ਅਤੇ ਉਹ ਕੱਲ੍ਹ ਲਾਏ ਆ। ਅਤੇ ਆਪਾਂ ਨੇ ਲਾਏ ਹੋਏ ਆ, ਅਤੇ ਇੱਧਰ ਟੈਂਕੀ ਲਾਈ ਹੋਈ ਆ, ਅਤੇ ਡਰਿੰਕਰ ਆਪਾਂ ਨੇ ਇੱਕੋ ਲਾਇਆ ਹੋਇਆ ਉਰੇ, ਜੇ ਲੋੜ ਪਈ ਤਾਂ ਫਿਰ ਆਪਾਂ ਦੋ ਵੀ ਲਾ ਦਾਂਗੇ, ਫਿਲਹਾਲ ਤਾਂ ਇੱਕੋ ਇਸ ਟਾਈਮ ਆਪਣੇ ਪਾ, ਅਤੇ ਇੱਕ ਨਾਲ ਸਰ ਜਾਣਾ, ਅਤੇ ਖਾਂਦੇ ਆਪਾਂ ਹੋਰ ਬਣਾਵਾਂਗੇ। ਹੁਣ ਆਪਣੇ 10-12 ਕੁ ਖਾਂਦੇ ਆਂਡੇ ਵਾਲੇ, ਅਤੇ 5-7 ਆਪਾਂ ਹੋਰ ਬਣਾਵਾਂਗੇ, ਪਰ ਆਂਡੇ ਆਰਾਮ ਨਾਲ ਫਿਰ ਮੁਰਗੀਆਂ ਦੇਈ ਜਾਊਂਗੀਆਂ। A few moments later. ਲਓ ਵੀ ਦੋਸਤੋ, ਉੱਧਰ ਤਾਂ ਆਪਾਂ ਨੇ ਦਾਣੇ ਦੂਣੇ ਦਾ ਨਵੇੜਤਾ, ਅਤੇ ਹੁਣ ਇੱਧਰ ਆਪਾਂ ਇੱਧਰ ਆ ਗਏ ਦੂਜੇ ਫਾਰਮ 'ਚ, ਅਤੇ ਇੱਧਰ ਹੁਣ ਨਵੇੜਨਾ, ਅਤੇ ਅੱਜ ਹੋ ਗਿਆ ਥੋੜ੍ਹਾ ਜਿਹਾ ਲੇਟ ਸਿਸਟਮ, ਅਤੇ 8 ਵੱਜ ਗਏ, ਇੱਧਰ ਪਾਣੀ ਭਰਨਾ ਸੀਗਾ ਇੱਧਰ ਬੱਤਕਾਂ ਦਾ, ਅਤੇ ਹੁਣ ਟੂਟੀ ਚਲੇਗੀ। ਚਲੋ ਹੁਣ ਜਦੋਂ 3 ਵਜੇ ਟੂਟੀ ਆਊਗੀ ਤਾਂ ਉਦੋਂ ਫਿਰ ਆਪਾਂ ਪਾਣੀ ਭਰਾਂਗੇ, ਅਤੇ ਹੁਣ ਆਪਾਂ ਇਹਨਾਂ ਨੂੰ ਪਾ ਦਈਏ ਦਾਣਾ। ਅਤੇ ਉੱਧਰ ਜਿਹੜੀਆਂ ਆਪਾਂ ਨੇ ਛੱਡੀਆਂ ਤਕਰੀਬਨ 77 ਮੁਰਗੀਆਂ ਛੱਡੀਆਂ, ਉਹਨਾਂ ਦੀ ਫੀਡ ਵੀ ਆਪਾਂ ਨੇ ਵਧਾ ਤੀ, 120 ਗ੍ਰਾਮ ਕਰਤੀ ਇੱਕ ਦਿਨ ਦੀ, ਹੁਣ ਸਾਹਮਣੇ ਹੈ ਜਾਣੀ ਕਿ 6 ਕਿਲੋ ਸੁਬਹਾ ਪਾ ਦੇਈਏ, 6 ਕਿਲੋ ਸ਼ਾਮ ਨੂੰ ਪਾ ਦੇਈ ਦੀ ਆ। ਇਹ ਆਪਾਂ ਨੇ ਹੁਣ ਬੰਨਤੀ, ਦਿਨ ਦਿਨ ਆਪਾਂ ਇਹਨੂੰ ਬੰਨ ਕੇ ਰੱਖਦੇ ਹਾਂ, ਰਾਤ ਨੂੰ ਆਪਾਂ ਖੁੱਲ੍ਹੀ ਛੱਡ ਦਿੰਦੇ। ਅਤੇ ਇੱਧਰ ਬਾਈ ਮੀਂਹ ਦੀ ਵੀ ਤਿਆਰੀ ਆ, ਬੱਦਲ ਆ ਗਿਆ ਪੂਰਾ ਚੜ੍ਹ ਕੇ, ਕੋਈ ਕੋਈ ਕਿਣੀ ਤਾਂ ਗਿਣ ਵੀ ਲੱਗ ਗਈ, ਦੇਖ ਲਓ ਇਹ ਹੁਣ ਰੋਜ਼ ਹੀ ਆ ਜਾਂਦਾ। ਲਓ ਵੀ ਦੋਸਤੋ, ਬਾਈ ਮੀਂਹ ਪੈ ਗਿਆ, ਤਕਰੀਬਨ 20 ਕੁ ਮਿੰਟ ਮੀਂਹ ਪਿਆ, ਅਤੇ ਜਾਨਵਰ ਬਾਈ ਆਪਣੇ 10-15 ਬਾਹਰ ਹੀ ਰਹਿ ਗਏ, ਬਾਕੀ ਤਾਂ ਆਪਾਂ ਨੇ ਅੰਦਰ ਬੰਦ ਕਰਤੇ ਸੀਗੇ, ਅਤੇ ਉੱਧਰ ਸੈਂਡੇ ਵੀ ਆਪਾਂ ਨੇ ਬੱਤਕ ਵਾਲੇ ਪਿੰਜਰੇ 'ਚ ਬੰਦ ਕਰਤੀ, ਅਤੇ ਹੁਣ ਆਪਾਂ ਇਹਨੂੰ ਸ਼ਾਮ ਨੂੰ ਹੀ ਕੱਢਾਂਗੇ, ਅਤੇ ਅੱਜ ਤਾਂ ਪਤਾ ਨਹੀਂ ਬਾਈ ਮੀਂਹ ਦਾ ਹਟੂਗਾ ਜਾਂ ਨਹੀਂ ਹਟੂਗਾ, ਅਤੇ ਹੁਣ ਇਹ ਜਾਨਵਰਾਂ ਬਾਈ ਬਾਹਰੇ ਘੁੰਮਣ ਗਏ ਹੁਣ, ਅਤੇ ਬਾਕੀ ਹੁਣ ਕੰਮ ਆਪਣਾ ਰਹਿ ਗਿਆ ਇੱਕ ਬੱਤਕਾਂ ਨੇ ਬਾਈ ਅੱਜ ਤਾਂ ਆਂਡਾ ਦਿੱਤਾ ਨਹੀਂ, ਇੱਕੋ ਸ਼ਾਇਦ ਦੇਣ ਲੱਗੀ ਕਾਲੀ ਜਿਹੀ ਬੱਤਕ, ਆਹ ਫਿਰਦੀ ਆ ਉਹ ਫਿਰਦੀ ਆ ਜਿਹੜੀ ਗਾਦਰਨ ਚਿੱਟੀ ਜੀ ਉਹਦੀ, ਇਹੀ ਦੇਣ ਲੱਗੀ ਆ, 2 ਆਂਡੇ ਲਗਾਤਾਰ ਦੇ ਦਿੱਤੇ ਅਤੇ ਅੱਜ ਦਿੱਤਾ ਨਹੀਂ ਹੈਗਾ, ਅਤੇ ਆਪਾਂ ਨੇ ਹੁਣ ਕਰੇਟ ਰੱਖਣਾ, ਉਹਦੇ ਵਿੱਚ ਖੱਬਲ ਖੁੱਬਲ ਜਿਹਾ ਪਾ ਕੇ ਰੱਖ ਦਾਂਗੇ, ਫਿਰ ਉਹਦੇ ਵਿੱਚ ਆਂਡੇ ਦੇ ਦੇ ਕਰੂਗੀ ਇਹ। ਉਹ ਹੁਣ ਮੈਂ ਦੁਪਹਿਰ ਤੋਂ ਬਾਅਦ ਆਊਂਗਾ, ਹੁਣ ਹੋ ਗਿਆ ਮੇਰਾ ਡਿਊਟੀ ਦਾ ਟਾਈਮ, ਅਤੇ ਹੁਣ ਡਿਊਟੀ ਕਰਨੀ ਆ, ਅਤੇ ਫਿਰ ਦੁਪਹਿਰ ਤੋਂ ਬਾਅਦ ਫਿਰ ਕਰਾਂਗੇ ਇਹ ਕੰਮ ਜਿਹੜਾ ਹੋਣੇ ਵਾਲਾ ਆਪਣਾ। ਅਤੇ ਹੁਣ ਸਟੋਰ ਦੀ ਵੀ ਬਾਈ ਇੱਕ ਵਾਰ ਸਫਾਈ ਆਪਾਂ ਹੋਰ ਕਰ ਦਿੰਦੇ, ਚੂਹੇ ਦਾ ਜਿੰਨੇ ਵੀ ਸੀਗੇ ਸਾਰੇ ਮਰ ਗਏ, ਅਤੇ ਇਹਨਾਂ ਦਾ ਵੀ ਹੀਲਾ ਕਰਨਾ ਬਾਹਰ ਦਾ, ਇਹ ਬਾਹਰ ਆਪਾਂ ਛੱਡਣੇ ਆ ਹੁਣ, ਇਹ ਪਿੰਜਰੇ ਬਾਹਰ 'ਚ ਕੱਢ ਦੇਣਾ ਥੱਲੇ ਜਾੜੀ ਲਾ ਕੇ, ਅਤੇ ਇੱਧਰ ਜਿਹੜੇ ਬਟੇਰਾਂ ਦੇ ਉਹ ਵੀ ਇਹਨਾਂ ਦੇ ਨਾਲ ਛੱਡ ਦੇਣੇ ਆ ਬੱਚੇ, ਅਤੇ ਫਿਰ ਸਟੋਰ ਦੀ ਇੱਕ ਵਾਰ ਆਪਾਂ ਹੋਰ ਸਫਾਈ ਕਰ ਦਾਂਗੇ। ਅਤੇ ਬਾਕੀ ਹੁਣ ਦੋਸਤੋ ਕਰਦੇ ਜੀ ਵੀਡੀਓ ਨੂੰ ਬੰਦ, ਅਤੇ ਕਮੈਂਟ ਕਰਕੇ ਬਾਈ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ, ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।